ਚੰਗਾ ਰਿਹਾ ਤੜਾ ਕੇ ਹੱਡ ਹੁਣ। ਕਿਹਾ ਸੀ ਰਾਣਾ ਤੁਹਾਡਾ ਭਰਾ ਹੈ, ਸੋਚਿਆ ਭਰਾ ਨੂੰ ਭਰਾ ਨਾ ਹੀ ਮਿਲਾ ਦਈਏ। ਊਂ ਤਾਂ ਥਾਰਾ ਭਰਾ ਬਹੁਤ ਸਿਆਣਾ, ਨਾਟ ਗਿਆਰਾਂ ਬਾਈ ਨੇ ਕੇਰਾਂ ਸਮਝਾਇਆ ਤਾ ਵੀ ਮਾਰੇ ਖੋਜੀ ਨੂੰ ਵਾਪਸ ਜਾਣ ਦੇ। ਰਾਣਾ ਸਿਓ ਝੱਟ ਸਮਝ ਗਿਆ। ਉਹ ਘੱਟੋ ਘੱਟ ਥਾਣੇ 'ਚ ਬੈਠ ਤਾਂ ਝੂਠ ਨਾ ਬੋਲਿਆ ਕਰੋ। ਨਹੀਂ ਜੀ, ਪੂਰੇ 1 ਮਿੰਟ ਅਤੇ 32 ਸਕਿੰਟ ਲੱਗੇ ਇਹਨੂੰ ਸਮਝਣ 'ਤੇ। ਕਿਉਂ ਰਾਣਾ ਜੀ? ਬਾਕੀ ਬਾਈ ਕੇ ਗੋਡੇ ਵੀ ਮੁੜ ਗਏ ਤੇ ਨਾ, ਮਮਤਾ ਫਿਰ ਤੁਰਨ ਮੈਂ ਮਦਦ ਕਰ ਰਹੇ ਤੇ। ਹਾਂ ਉਹ ਯਾਰ, ਤੂੰ ਫਿਰ ਗਲਤ ਬਿਆਨਬਾਜੀ ਕਰੀ ਜਾਂਦਾ। ਅਸਲ ਵਿੱਚ ਗੱਲ ਇਹ ਹੈ ਜੀ, ਇਹਦੇ ਗੋਡੇ ਮੁੜੇ ਨਹੀਂ, ਇਹਦੇ ਗੋਡੇ ਫੁੱਟ ਗਏ ਨੇ। ਪਲਸਤਰ ਕਰਵਾ ਲਿਓ, ਇਹ ਤੋਂ ਆਪਣਾ ਭਾਰ ਵੀ ਨਹੀਂ ਚੱਲ ਹੋ ਰਿਹਾ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਧੰਨਵਾਦ ਰਾਣਾ ਜੀ ਖੋਜੀ ਨੂੰ ਭੇਜਣ ਲਈ। ਪਿੱਛੋਂ ਮੂਸੇ ਵਾਲੇ ਦਾ 13-14 ਸਾਲ ਦੀ ਉਮਰ 'ਚ ਇਹਦੇ ਮਾਂ ਪਿਓ ਮਰ ਗਏ ਸੀ, ਉਸ ਤੋਂ ਬਾਅਦ ਇੱਥੇ ਆਇਆ। ਇੱਥੇ ਕਿਹਦੇ ਕੋਲ ਰਹਿੰਦਾ? ਜੰਗ ਸਿਉਂ ਕੋਲ। ਜੰਗ ਸਿਉਂ ਇਹਦਾ ਸਕਾ ਮਾਮਾ। ਬਾਪੂ, ਇਹਨੂੰ ਤਾਂ ਮੈਂ ਆਪੇ ਦੇਖ ਲਓ। ਜੇ ਕਹੋ ਤਾਂ ਥਾਣੇ ਸਦਲਾਂ ਜੰਗ ਨੂੰ? ਨਾ, ਥਾਣੇ ਦੀਆਂ ਕੰਧਾਂ 'ਚ ਇੰਨੀ ਚਾਨਣੀ ਕਿ ਜੰਗ ਸਿੰਘ ਨੂੰ ਚੱਫਾ ਪਾ ਲੈਣ। ਹੁਣ ਤਾਂ ਮੈਨੂੰ ਆਪ ਹੀ ਜਾਣਾ ਪੈਣਾ। ਕਿਉਂ ਜੂਣਾ ਮੌੜ ਬਣੀ ਥਾਣੇ ਦੀਆਂ ਕੰਧਾਂ 'ਚ ਵੱਜਦਾ ਫਿਰਦਾ? ਮੈਂ ਤਾਂ ਪਹਿਲਾਂ ਥਾਣੇ ਰਪਟ ਲਿਖਾਉਣ ਹੀ ਗਿਆ ਸੀ, ਪਰ ਸਾਲੀ ਨਜਾਇਜ਼ ਔਲਾਦ ਨੇ ਮੇਰੀ ਜਾਇਜ਼ ਗੱਲ ਨਹੀਂ ਸੁਣੀ। ਅਥਰੇ ਪੰਚ ਕੋ ਕਸੂਤਾ ਜੱਫਾ ਨਾ ਪਾ ਲਈ, ਕੋਈ ਆਪਣੇ ਪੁੜੇ ਸਿੱਖ ਕੇ ਜਾਣ। ਮਾਨਸੇ ਦੇ ਹਰ ਥਾਣੇ ਕਚਹਿਰੀ 'ਚ ਸੰਗੇ ਦੇ ਨਾਂ ਦੀ ਇੱਟ ਚੜੀ ਆ। ਤੂੰ ਬਾਹਲੀ ਚਿੰਤਾ ਨਾ ਕਰਿਆ ਕਰ ਮੂਸੇ ਜੱਟ ਦੀ, ਤੇਰੇ ਨਾਲੋਂ ਦੋ ਰਦੇ ਉੱਤੇ ਹੀ ਆ।